हाय एवरीवन, माई सेल्फ भावना, वेलकम सनी कोचिंग क्लासेस। आज अपने नाल ने न्यू स्टूडेंट शरणजोत कौर। तो इन्होंने PPMET नू बहुत वधिया रैंक दे नाल क्लीयर किया है, परसेंटाइल बहुत वधिया सिक्योर किया है। तो जानते हैं इन्हों की की स्ट्रैटेजी सी, किवें ये पढ़ते सी, तुहानू भी किवें पढ़ाई करनी चाहिए है, भी तुसी भी इन्ना वांगू वधिया रैंक लै सको। सो स्टार्ट करते हैं वीडियो, लेट्स स्टार्ट। सब तो पहला तुसी अपनी इंट्रोडक्शन दो। My name is Sharanjot Kaur and I am from Guraya and I have secured 95.7 percentile in PPMET. Okay, congratulations for the score. Bahut badhiya. Thank you ma'am. Un thode selected colleges kede kede hai? First private DMC Oswal and Rajendra College Patiala and Amritsar GMC. Theek. Tusi PPMET di preparation kidda karde si? Thade coaching de through hi jinniya classes lagdiyan si sariyan launde sige te fer baad ch 3-4 घंटे सेल्फ स्टडी। तो की टिप्स तुसी देना चाहते हो स्टूडेंट्स नू जो थोड़ी तरह वधिया परसेंटाइल लेना चाहते हैं? मेरे अकॉर्डिंग तो कोचिंग बेस्ट है, कोचिंग दे थ्रू गाइडेंस हो जाती है, तो कोचिंग नू प्रेफर करना चाहिए है। बाकी सेल्फ स्टडी दे थ्रू जे थोड़े कोल हुंदा है तां तुसी ओह भी कर सकते हैं। डिफिकल्ट सब्जेक्ट थोड़े अकॉर्डिंग केड़ा है? PPMET तुहानू केड़ा डिफिकल्ट लग्या? फिजिक्स। इंटरेस्टिंग सब्जेक्ट? बायो नर्सिंग एप्टीट्यूड। कोई इदा दी मिस्टेक जो तुहानू लगता ज़्यादातर स्टूडेंट्स करते हैं और नहीं करनी चाहिए? OMR अटैम्पटेशन दे विच क्वेश्चंस दी फिलिंग नाल नाल करनी चाहिए है, बाद च नहीं फिर उहदे विच OMR दी सारा पैटर्न खराब हो जाता है। तो OMR अटैम्पटेशन ते टाइम मैनेजमेंट, ये दो चीज़ा तो नहीं। हाँ जी, ठीक है। ਕਿਹੜੀ ਸਟ੍ਰੈਟਜੀ ਸਟੂਡੈਂਟ ਨੂੰ ਯੂਜ਼ ਕਰਨੀ ਚਾਹੀਦੀ ਹੈ ਵੀ ਵਧੀਆ ਰੈਂਕ ਆਵੇ? ਪਹਿਲਾਂ ਥਿਊਰੀ ਪੜ੍ਹੇ ਕਿ ਪਹਿਲਾਂ ਮੌਕ ਟੈਸਟ ਕਰੇ ਜਾਂ ਪਹਿਲਾਂ MCQ ਕਰੇ, ਕੀ ਕਰੇ? ਥਿਊਰੀ ਅਤੇ ਕੁਐਸਚਨ ਪ੍ਰੈਕਟਿਸ ਤਾਂ ਇਕੁਅਲੀ ਇੰਪੋਰਟੈਂਟ ਆ। ਸੋ ਮੌਕ ਟੈਸਟ ਜਿਹੜੇ ਆ ਉਹ ਕਰਨੇ ਚਾਹੀਦੇ ਆ ਥਿਊਰੀ ਤੋਂ ਬਾਅਦ, ਪਰ ਥਿਊਰੀ ਜ਼ਿਆਦਾ ਇੰਪੋਰਟੈਂਟ ਆ, ਪਹਿਲਾਂ ਉਹ ਕਰਨੀ ਚਾਹੀਦੀ ਆ। ਓਕੇ। NCERT ਪੋਰਸ਼ਨ ਸਿਰਫ ਕਰ ਲਈਏ ਤਾਂ ਸਫੀਸ਼ੀਐਂਟ ਹੈ ਜਾਂ ਆਊਟ ਆਫ NCERT ਜ਼ਰੂਰੀ ਹੈ? ਨਹੀਂ, ਆਊਟ ਆਫ NCERT ਵੀ ਆਉਂਦਾ। ਹਾਂਜੀ। ਤਾਂ ਤੁਸੀਂ ਆਊਟ ਆਫ NCERT ਲਈ ਕੀ ਕਿੱਥੋਂ ਪੜ੍ਹਦੇ ਸੀ? ਸਨੀ ਕੋਚਿੰਗ ਕਲਾਸਿਸ ਦੇ ਜਿਹੜੇ ਪੋਰਟਲ ਸੀਗਾ ਅਤੇ ਮੌਕ ਟੈਸਟ ਸੀਗੇ ਅਤੇ ਕੁਐਸਚਨਸ ਉਹ ਪ੍ਰੋਵਾਈਡ ਕਰਦੇ ਸੀਗੇ, ਉੱਥੋਂ ਸਾਰੀ ਪ੍ਰੈਕਟਿਸ ਹੋ ਜਾਂਦੀ ਸੀਗੀ। ਠੀਕ ਹੈ। ਮੌਕ ਟੈਸਟ ਪੇਪਰ ਦਾ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਰੋਲ ਆ ਉਹਦਾ? 60% ਤਾਂ ਉਹਦਾ ਹੀ ਰੋਲ ਹੈ, ਕਿਉਂਕਿ ਪਤਾ ਲੱਗ ਜਾਂਦਾ ਹੈ ਕਿ ਕਿੱਦਾਂ ਦੇ ਕੁਐਸਚਨਸ ਆਉਣੇ ਆ, ਅਤੇ ਬਾਕੀ ਪਤਾ ਲੱਗ ਜਾਂਦਾ ਕਿ ਪੈਟਰਨ ਕੀ ਆ ਜਾਂ ਕਿਹੜੇ ਚੈਪਟਰ ਜ਼ਿਆਦਾ ਇੰਪੋਰਟੈਂਟ ਆ। ਫਿਜ਼ਿਕਸ ਦੇ ਵਿੱਚ ਇਸ ਵਾਰ ਥਿਓਰੇਟੀਕਲ ਪੋਰਸ਼ਨ ਜ਼ਿਆਦਾ ਆਇਆ ਪੇਪਰ 'ਚ ਜਾਂ ਨਿਊਮੈਰੀਕਲ? ਇਸ ਵਾਰ ਤਾਂ ਨਿਊਮੈਰੀਕਲ ਪੋਰਸ਼ਨ ਜ਼ਿਆਦਾ ਆਇਆ। ਅਤੇ ਕੈਮਿਸਟਰੀ ਦੇ ਵਿੱਚ ਔਰਗੈਨਿਕ, ਇਨਔਰਗੈਨਿਕ, ਫਿਜ਼ੀਕਲ ਕੀ ਜ਼ਿਆਦਾ ਲੱਗਿਆ? ਇਕੁਅਲ ਸੀਗੇ ਸਾਰੇ ਤਿੰਨੇ। ਠੀਕ ਹੈ। ਅਤੇ ਬਾਇਓਲੋਜੀ ਵਿੱਚੋਂ? ਬਾਇਓ ਦੇ ਵਿੱਚੋਂ ਤਾਂ ਬੋਟਨੀ ਜਾਂ ਜ਼ੂਲੋਜੀ, ਇਹ ਵੀ ਇਕੁਅਲੀ ਸੀਗੇ। ਜੀ। ਅਤੇ ਕਈਆਂ ਦਾ ਇਹ ਡਾਊਟ ਹੁੰਦਾ ਕਿ +1 ਜ਼ਿਆਦਾ ਆਉਂਦੀ ਹੈ ਪੇਪਰ 'ਚ ਕਿ +2? ਇਸ ਵਾਰ ਫਿਜ਼ਿਕਸ ਤਾਂ ਮੈਨੂੰ ਲੱਗਾ ਕਿ +1 ਜ਼ਿਆਦਾ ਆ, ਬਾਕੀ ਤਾਂ ਇਕੁਅਲੀ ਸੀਗਾ ਬਾਕੀ ਸਬਜੈਕਟਸ ਦੇ ਵਿੱਚ। ਠੀਕ ਹੈ। ਤੁਸੀਂ PPMET ਤੋਂ ਇਲਾਵਾ ਕੀ ਕੋਈ ਹੋਰ ਪੇਪਰ ਵੀ ਦਿੱਤਾ? ਹਾਂਜੀ, ਨੀਟ ਦਾ ਦਿੱਤਾ ਸੀਗਾ, ਪਰ ਉਹ 'ਚ ਸਕੋਰ ਇੰਨਾ ਵਧੀਆ ਨਹੀਂ ਸੀਗਾ। ਏਮਸ BSC ਨਰਸਿੰਗ ਤਾਂ ਨਹੀਂ? ਨਹੀਂ ਨਹੀਂ। ਓਕੇ। ਹੋਰ ਤੁਸੀਂ ਨੈਕਸਟ ਹੋਰ ਕਿਹੜੇ ਕਿਹੜੇ ਫਾਰਮ ਫਿਲ ਕੀਤੇ ਆ ਜਾਂ ਕਰਨੇ ਆ? ਹੋਰ ਨਹੀਂ ਕੋਈ, ਬਸ PPMET। ਅੱਗੇ PGI ਦਾ ਨਹੀਂ ਫਿਲ ਕੀਤਾ? ਨਹੀਂ। ਅਤੇ GMCH ਕੋਈ ਵੀ ਨਹੀਂ ਕੀਤਾ? ਉਹਦੀ ਤਾਂ ਡੇਟ ਹੈ ਹਾਲੇ, GMC ਦੀ ਕਰਨਾ ਹੈ ਕਿ ਨਹੀਂ ਕਰਨਾ? ਇਹ ਮੈਨੂੰ ਪਤਾ ਨਹੀਂ ਸੀ, ਡੇਟ ਹੈਗੀ ਆ ਫਿਰ ਕਰ ਦਿੰਦੇ। ਸੈਕਟਰ 32 ਚੰਡੀਗੜ੍ਹ ਦਾ ਜਿਹੜਾ ਕਾਲਜ ਆ ਉਹਦੀ ਡੇਟ ਹੈਗੀ ਆ, ਉਹਦਾ ਵੀ ਕਰ ਦਿਓ। ਠੀਕ ਆ। ਅਤੇ ਜਿਹੜਾ ਇਹ PPMET ਦਾ ਇਗਜ਼ਾਮ ਹੈ, ਇਹ ਬਾਕੀ ਦੇ ਜਿਹੜਾ ਤੁਸੀਂ ਨੀਟ ਦਿੱਤਾ ਉਹਦੇ ਨਾਲੋਂ ਕਿੰਨਾ ਸੇਮ ਜਾਂ ਡਿਫਰੈਂਟ ਆ ਜਾਂਦਾ? ਉਹਦੇ ਨਾਲੋਂ ਤਾਂ ਆਈ ਥਿੰਕ ਈਜ਼ੀ ਹੁੰਦਾ, ਉੱਦਾਂ ਆਪਣੇ ਲੈਵਲ 'ਤੇ ਤਾਂ ਮੋਡਰੇਟ ਹੁੰਦਾ ਆ, ਬਟ ਨੀਟ ਤੋਂ ਤਾਂ ਈਜ਼ੀ ਹੁੰਦਾ ਹੈ, ਕਿਉਂਕਿ ਉਹ ਨੈਸ਼ਨਲ ਲੈਵਲ ਦਾ ਤਾਂ ਉਹ ਜ਼ਿਆਦਾ ਡਿਫੀਕਲਟ ਹੋਊਗਾ। ਅਤੇ ਓਵਰਆਲ PPMET ਕਿੱਦਾਂ ਦਾ, ਈਜ਼ੀ, ਮੋਡਰੇਟ ਕਿ ਟਫ? ਇਸ ਵਾਰ ਮੋਡਰੇਟ ਸੀਗਾ। ਹਾਂਜੀ, ਠੀਕ ਹੈ। ਅਤੇ ਪੇਪਰ ਦੇ ਵਿੱਚ ਕਿੰਨੇ ਕੁਐਸਚਨਸ ਆਏ ਅਤੇ ਕਿੰਨਾ ਟਾਈਮ ਮਿਲਿਆ ਕਰਨ ਲਈ? ਪੇਪਰ ਦੇ ਵਿੱਚ 100 ਕੁਐਸਚਨ ਸੀਗੇ ਅਤੇ 2 hours ਮਿਲੇ ਸੀਗੇ ਕਰਨ ਨੂੰ। ਟਾਈਮ ਸ਼ੋਰਟੇਜ ਤਾਂ ਨਹੀਂ ਹੁੰਦੀ ਪੇਪਰ 'ਚ? ਮੇਰੇ ਲਈ ਇਸ ਵਾਰ ਮੈਨੂੰ ਲੱਗਾ ਹੋ ਗਈ, ਵਿੱਚ ਮੈਨੂੰ ਲਾਸਟ 'ਤੇ ਥੋੜ੍ਹੇ ਜਿਹੇ ਤੁੱਕੇ ਵੀ ਲਾਉਣੇ ਪਏ, ਕਿਉਂਕਿ ਮੈਂ ਜਿਹੜਾ ਐਨਾਲਿਟੀਕਲ ਥਿੰਕਿੰਗ ਵਾਲਾ ਸੀਗਾ ਉਹਦੇ ਵਿੱਚ ਜ਼ਿਆਦਾ ਟਾਈਮ ਸਪੈਂਡ ਕਰਤਾ, ਤਾਂ ਫਿਰ ਬਾਅਦ 'ਚ ਕਿਹੜਾ ਸਬਜੈਕਟ ਰਹਿ ਗਿਆ ਸੀ? ਪਹਿਲਾਂ ਫਿਜ਼ਿਕਸ ਵਾਲਾ ਹੀ ਰਹਿ ਗਿਆ ਸੀ, ਕਿਉਂਕਿ ਮੈਨੂੂੰ ਜ਼ਿਆਦਾ ਔਖੀ ਲੱਗਦੀ ਸੀਗੀ, ਤਾਂ ਮੈਂ। ਹਾਂਜੀ, ਠੀਕ ਹੈ। ਅਤੇ PPMET ਇਗਜ਼ਾਮ 'ਚ ਕੀ ਕੋਈ ਨੈਗੇਟਿਵ ਮਾਰਕਿੰਗ ਵੀ ਹੈ? ਨਹੀਂ, ਨੈਗੇਟਿਵ ਮਾਰਕਿੰਗ ਨਹੀਂ। ਹਾਂਜੀ। ਅਤੇ
ਜਿਹੜਾ ਸਿਲੇਬਸ ਤੁਹਾਨੂੰ ਰਿਡਿਊਸਡ ਸੀਗਾ ਪਲੱਸ ਟੂ ਦੇ ਵਿੱਚ, ਉਹ ਵਾਲਾ ਪੋਰਸ਼ਨ ਕਿੰਨਾ ਕੁ ਆ ਜਾਂਦਾ ਹੈ? ਆਉਂਦਾ ਉਹ ਵੀ ਜਿੱਦਾਂ ਕਰਨਾ ਪਊਗਾ ਟਾਈਮ? ਹਾਂਜੀ ਕਰਨਾ ਪੈਣਾ, ਚੱਲ ਜੂਗਾ ਕੰਮ? ਹਾਂਜੀ ਕਰਨਾ ਪੈਣਾ ਉਹ ਵੀ। ਅਤੇ ਜਦੋਂ ਆਪਾਂ ਪ੍ਰੈਪਰੇਸ਼ਨ ਕਰ ਰਹੇ ਹਾਂ ਉਦੋਂ ਆਪਾਂ ਨੂੰ ਪਹਿਲਾਂ ਕਿਹੜਾ ਸਬਜੈਕਟ ਕਰਨਾ ਚਾਹੀਦਾ, ਬਾਅਦ 'ਚ ਕਿਹੜਾ, ਇੱਕ ਦਿਨ 'ਚ ਇੱਕ ਸਬਜੈਕਟ ਕਰੀਏ ਕਿ ਡੇਲੀ ਸਾਰੇ ਸਬਜੈਕਟ ਕਰਨੇ ਜ਼ਰੂਰੀ ਹੈ? ਮੈਂ ਤਾਂ ਜਦੋਂ ਦੋ ਸਬਜੈਕਟ ਕਰਦੀ ਸੀਗੀ, ਬਾਇਓ ਤਾਂ ਰੋਜ਼ ਅਤੇ ਫਿਜ਼ਿਕਸ ਕੈਮਿਸਟਰੀ ਅਲਟਰਨੇਟ ਡੇਜ਼ 'ਤੇ, ਇੱਕ ਦਿਨ ਫਿਜ਼ਿਕਸ ਇੱਕ ਦਿਨ ਕੈਮਿਸਟਰੀ। ਅਤੇ ਕਿੰਨੇ ਕੁ ਆਰ ਸੈਲਫ ਸਟੱਡੀ ਨੂੰ ਦੇ ਦਿੰਦੇ ਸੀ ਡੇਲੀ ਬੇਸਿਸ 'ਤੇ? ਮਿਨੀਮਮ ਤਾਂ 3 to 4 ਆਵਰਸ ਸੈਲਫ ਸਟੱਡੀ ਕਲਾਸਿਸ ਤੋਂ ਇਲਾਵਾ। ਅਤੇ ਕਲਾਸਿਸ ਕਿੰਨੇ ਕੁ ਆਰਸ ਦੀਆਂ ਹੋ ਜਾਂਦੀਆਂ ਸੀ? 8 to 9 ਆਰਸ ਦੀਆਂ ਹੁੰਦੀਆਂ ਸੀਗੀਆਂ। 6 ਆਰਸ ਦੀਆਂ ਤਾਂ ਪੱਕੀਆਂ ਸੀਗੀਆਂ ਅਤੇ ਐਕਸਟਰਾ ਕਲਾਸਿਸ ਲੱਗਦੀਆਂ ਸੀਗੀਆਂ। ਜਿਸਦਾ ਕਹਿ ਰਹੇ ਹੋ 6 to 9 ਆਵਰਸ ਦੀ ਕਲਾਸਿਸ ਹੋ ਗਈਆਂ, ਨਾਲ 3 to 4 ਆਵਰਸ ਦੀ ਸੈਲਫ ਸਟੱਡੀ ਹੋ ਗਈ, ਟਾਈਮ ਮੈਨੇਜਮੈਂਟ ਔਖੀ ਤਾਂ ਨਹੀਂ ਹੁੰਦੀ? ਨਹੀਂ ਕਰਨਾ ਪੈਂਦਾ, ਫਿਰ ਤਾਂ ਪੇਪਰ ਦੇਣਾ ਤਾਂ ਕਰਨਾ ਪੈਂਦਾ। ਕਿੰਨਾ ਕੁ ਆਸਾਨੀ ਨਾਲ ਹੋ ਜਾਂਦਾ? ਔਖਾ ਹੀ ਹੁੰਦਾ। ਹਾਂਜੀ ਠੀਕ ਹੈ। ਕੀ ਰੋਲ ਰਿਹਾ ਇਸ ਜਰਨੀ 'ਚ ਤੁਹਾਡੇ ਫੈਮਿਲੀ ਫਰੈਂਡਸ ਰਿਲੇਟਿਵਸ ਦਾ? ਸਪੋਰਟ, ਇਮੋਸ਼ਨਲ ਸਪੋਰਟ ਸਾਰਿਆਂ ਨੇ ਦਿੱਤੀ ਅਤੇ ਮੋਟੀਵੇਸ਼ਨ। ਹਾਂਜੀ ਠੀਕ ਹੈ। ਪੜ੍ਹਦੇ ਟਾਈਮ ਕਦੋਂ ਲੱਗਿਆ ਹੋਵੇ ਵੀ ਨਹੀਂ ਹੋ ਰਿਹਾ, ਵਾਂਟ ਟੂ ਗਿਵ ਅਪ ਜਿਵੇਂ ਹੁੰਦਾ ਬੰਦੇ ਨੂੰ, ਅਤੇ ਉਦੋਂ ਫਿਰ ਵਾਪਸ ਕਿੱਦਾਂ ਹੀ ਮੋਟੀਵੇਟਡ ਸਟੇਜ 'ਚ ਆਉਂਦੇ ਸੀ? ਮੈਨੂੰ ਤਾਂ ਹਮੇਸ਼ਾ ਹੀ ਇੱਦਾਂ ਲੱਗਦਾ ਸੀਗਾ ਕਿ ਨਹੀਂ ਹੋਣਾ ਹੈਗਾ, ਲਾਸਟ ਡੇ ਤੱਕ ਵੀ ਇੱਦਾਂ ਲੱਗਦਾ ਸੀਗਾ, ਅਤੇ ਫਿਰ ਪੇਰੈਂਟਸ ਨੇ ਅਤੇ ਫਰੈਂਡਸ ਦੀ ਸਪੋਰਟ ਦੇ ਨਾਲ ਹੋਈ ਜਾਂਦਾ। ਹਾਂਜੀ, ਸੋਰਸ ਆਫ ਮੋਟੀਵੇਸ਼ਨ ਕੀ ਕੁਛ ਸੀ ਤੁਹਾਡੇ ਲਈ? ਫੈਮਿਲੀ, ਹਾਊ ਟੀਚਰਸ, ਤੁਹਾਡੀ ਇੰਸਪੀਰੇਸ਼ਨ ਜ਼ਿਆਦਾ ਸੀਗੀ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਟਾਈਮ ਕਲਾਸਿਸ ਲਾਉਂਦੇ ਹਾਂ ਅਤੇ ਫਿਰ ਵੀ ਥੱਕਦੇ ਨਹੀਂ ਹੈਗੇ। ਹਾਊ ਟੂ ਸਟੇ ਫੋਕਸਡ? ਬਹੁਤ ਬੱਚੇ ਪੁੱਛਦੇ ਆ ਵੀ ਸਾਡਾ ਗੋਲ ਡਿਸਾਈਡਡ ਹੈ ਬਟ ਪੜ੍ਹਿਆ ਨਹੀਂ ਜਾ ਰਿਹਾ, ਨਹੀਂ ਜਾ ਰਿਹਾ, ਉੱਠਿਆ ਨਹੀਂ ਜਾ ਰਿਹਾ, ਤਾਂ ਕਿਵੇਂ ਫੋਕਸਡ ਰਹੀਏ ਅਤੇ ਪ੍ਰੋਪਰਲੀ ਤਿਆਰੀ ਕਰਦੇ ਰਹੀਏ? ਮੈਨੂੰ ਲੱਗਦਾ ਜਦੋਂ ਫਿਰ ਮੋਹਰੇ ਪੇਪਰ ਆਉਂਦਾ ਆ ਫਿਰ ਹੋ ਹੀ ਜਾਂਦਾ, ਕਰਨਾ ਹੀ ਪੈਂਦਾ ਆ, ਫੋਕਸ ਆ ਹੀ ਜਾਂਦਾ ਆਪੇ। ਹਾਂਜੀ, ਅਤੇ ਕੀ ਕੋਈ ਗਲਤੀ ਜੋ ਤੁਹਾਨੂੰ ਲੱਗਦਾ ਮੋਸਟ ਆਫ ਸਟੂਡੈਂਟਸ ਕਰਦੇ ਆ ਅਤੇ ਅਵੋਇਡ ਕਰਨੀ ਚਾਹੀਦੀ ਆ? ਸਭ ਤੋਂ ਪਹਿਲਾਂ ਤਾਂ ਸਿਲੇਬਸ ਪੂਰਾ ਪਤਾ ਹੋਣਾ ਚਾਹੀਦਾ ਆ, ਉਹ ਤਾਂ ਮੈਨੂੰ ਤੁਹਾਡੀ ਕੋਚਿੰਗ ਦੇ ਥਰੂ ਗਾਈਡੈਂਸ ਸਾਰੀ ਮਿਲ ਗਈ ਸੀਗੀ, ਕਿਉਂਕਿ ਸਾਰਿਆਂ ਤੋਂ ਜ਼ਿਆਦਾ ਕਨਫਿਊਜ਼ਨ ਪਹਿਲਾਂ ਉਹਦੇ ਵਿੱਚ ਹੀ ਸੀਗੀ ਕਿ ਸਿਲੇਬਸ ਕੀ ਆ, ਕੀ ਇੱਥੇ ਰਿਡਿਊਸ ਪੋਰਸ਼ਨ ਆਊਗਾ ਕਿ ਨਹੀਂ ਆਊਗਾ, ਅਤੇ ਉਹ ਸੀਗਾ, ਅਤੇ ਕੁਐਸਚਨ ਪ੍ਰੈਕਟਿਸ ਅਤੇ ਥਿਊਰੀ ਇਕੁਅਲੀ ਇੰਪੋਰਟੈਂਟ ਆ, ਇਹ ਵੀ ਮੈਨੂੰ ਤੁਹਾਡੀ ਕੋਚਿੰਗ 'ਤੇ ਆਉਣ ਤੋਂ ਬਾਅਦ, ਨਹੀਂ ਤਾਂ ਮੈਂ ਸਿਰਫ ਥਿਊਰੀ 'ਤੇ ਹੀ ਸਾਰਾ ਟਾਈਮ ਦੇ ਦੇਣਾ ਸੀਗਾ, ਸੋ ਇਹੀ ਦੋ ਚੀਜ਼ਾਂ ਆਈ ਥਿੰਕ। ਠੀਕ ਹੈ, ਸਟੱਡੀ ਮਟੀਰੀਅਲ ਕੀ ਕੁਛ ਤੁਸੀਂ ਫੋਲੋ ਕੀਤਾ? ਪਹਿਲਾਂ ਤਾਂ ਪੋਰਟਲ, ਫਿਰ ਉਹ ਤੋਂ ਬਾਅਦ ਜਿਹੜੇ ਮੇਰੇ 12th ਅਤੇ 11th ਦੇ ਨੋਟਸ ਪਏ ਸੀਗੇ ਉਹ, ਅਤੇ ਫਿਰ ਬਾਅਦ 'ਚ ਮੌਕ ਟੈਸਟ ਮੇਨ ਸੀਗੇ ਕੁਐਸਚਨ ਪ੍ਰੈਕਟਿਸ ਦੇ ਲਈ। ਮੌਕ ਟੈਸਟ ਕਰਦੇ ਟਾਈਮ ਅਗਰ ਆਪਣਾ ਸਕੋਰ ਘੱਟ ਆ ਰਿਹਾ ਹੋਵੇ ਕਿਸੇ ਸਟੂਡੈਂਟ ਦਾ, ਤਾਂ ਕਿੱਦਾਂ ਇੰਪਰੂਵ ਕਰਨਾ ਚਾਹੀਦਾ? ਮੌਕ ਟੈਸਟ ਜਿੱਦਾਂ ਤੁਹਾਡਾ ਪੇਪਰ ਦੇ ਲੈਵਲ ਤੋਂ ਤਾਂ ਥੋੜ੍ਹਾ ਉੱਪਰ ਹੁੰਦਾ ਆ, ਤਾਂ ਕਰਕੇ ਮੇਰਾ ਤਾਂ ਘੱਟ ਹੀ ਆਉਂਦਾ ਹੁੰਦਾ ਸੀਗਾ, ਬਟ ਫਿਰ ਵੀ 2 ਕਰ ਲੈਂਦੀ ਸੀਗੀ ਹਰੇਕ ਕੁਐਸਚਨ ਪੋਰਟਲ 'ਤੇ। ਠੀਕ ਹੈ, ਤੁਸੀਂ ਕਲਾਸਿਸ ਔਨਲਾਈਨ ਅਟੈਂਡ ਕੀਤੀਆਂ ਕਿ ਔਫਲਾਈਨ? ਔਨਲਾਈਨ। ਠੀਕ ਹੈ, ਫਿਰ ਔਨਲਾਈਨ ਕਲਾਸਿਸ 'ਚ ਡਾਊਟ ਕਲੀਅਰੈਂਸ ਕਿੱਦਾਂ ਹੁੰਦੀ ਹੈ? ਜਿੱਦਾਂ ਕਲਾਸ ਦੇ ਚੱਲਦੇ ਹੋਏ ਆਪਾਂ ਕੁਐਸਚਨ ਪੁੱਛਦੇ ਹਾਂ, ਫਿਰ ਤੁਸੀਂ ਨਾਲ ਦੀ ਨਾਲ ਕਰਦੇ ਹਾਂ ਆਂਸਰ, ਹੋ ਜਾਂਦਾ ਡਾਊਟ ਕਲੀਅਰ ਹੋ ਜਾਂਦੇ ਆ? ਹਾਂਜੀ ਠੀਕ ਹੈ, ਕੋਈ ਇੱਦਾਂ ਤਾਂ ਨਹੀਂ ਕਿ ਮਤਲਬ ਇੰਟਰਪਟ ਕਰਕੇ ਕੋਈ ਚੀਜ਼ ਪੁੱਛਣੀ ਔਖੀ ਤਾਂ ਨਹੀਂ ਹੁੰਦੀ? ਨਹੀਂ ਨਹੀਂ, ਨਾਲ ਦੀ ਨਾਲ। ਹਾਂਜੀ ਠੀਕ ਹੈ, ਕੁਛ ਇੱਦਾਂ ਮੰਨਦੇ ਆ ਬੱਚੇ ਜਾਂ ਕਹਿ ਲਓ ਫੈਮਿਲੀਜ਼ ਵੀ, ਜਦੋਂ ਤੱਕ ਬੱਚਾ ਟੀਚਰ ਦੇ ਕੋਲ ਨਹੀਂ ਹੈ ਉਦੋਂ ਤੱਕ ਉਹ ਕਿੱਦਾਂ ਸਮਝ ਸਕਦਾ, ਤਾਂ ਹੁਣ ਤੁਹਾਡਾ ਕੀ ਪੁਆਇੰਟ ਆਫ ਵਿਊ ਆ ਵੀ ਔਨਲਾਈਨ 'ਚ ਆ ਜਾਂਦਾ ਸਮਝ ਜਾਂ ਔਫਲਾਈਨ ਅਗਰ ਲੈ ਲੈਂਦੇ ਤਾਂ ਹੋਰ ਬੈਟਰ ਹੋ ਜਾਂਦਾ? ਨਹੀਂ, 100% ਆ ਜਾਂਦਾ ਆ, ਕਿਉਂਕਿ ਤੁਸੀਂ ਨਾਲ ਦੀ ਨਾਲ ਹੀ ਆਂਸਰ ਕਰਦੇ ਆ ਕੁਐਸਚਨਸ ਨੂੰ, ਅਤੇ ਜੇ ਬਾਅਦ 'ਚ ਵੀ ਕੋਈ ਡਾਊਟ ਹੋਵੇ ਤਾਂ ਫੋਨ ਕਰਕੇ ਪੁੱਛ ਸਕਦੇ ਆ, ਮੈਸੇਜ ਕਰਕੇ ਪੁੱਛ ਸਕਦੇ ਆ। ਠੀਕ ਹੈ, ਪੇਪਰ ਜਿੱਦਾਂ ਹੀ ਪੋਸਟਪੋਨ ਵੀ ਹੋਇਆ ਇਸ ਵਾਰੀ, ਤਾਂ ਜਦੋਂ ਇਹ ਪੇਪਰ ਆਪਣਾ ਫਾਈਨਲ ਡੇਟ ਨੂੰ ਹੋਇਆ ਉਦੋਂ ਤੱਕ ਤੁਹਾਡੀਆਂ ਕਲਾਸਿਸ ਚੱਲੀਆਂ ਜਾਂ ਇੱਕ ਵਾਰ ਜੋ ਡਿਫਾਈਨ ਡੇਟ ਸੀ ਉਹ ਤੱਕ ਹੀ ਕਰਕੇ ਤੁਹਾਨੂੰ ਫ੍ਰੀ ਕਰ ਦਿੱਤਾ ਗਿਆ? ਲਾਸਟ ਡੇ ਤੱਕ ਚੱਲੀ ਗਈ ਹੈ, 24th June ਤੱਕ ਹੀ ਚੱਲੀ ਗਈ ਹੈ। ਅਤੇ ਇਗਜ਼ਾਮ ਤੋਂ ਬਾਅਦ ਵੀ ਤੁਹਾਨੂੰ ਗਾਈਡੈਂਸ ਮਿਲ ਰਹੀ ਹੈ ਪ੍ਰੋਪਰ ਐਡਮਿਸ਼ਨ ਰਿਗਾਰਡਿੰਗ ਜਾਂ ਪੇਪਰ ਤੱਕ ਦੀ ਕੋਰਸ ਹੀ? ਹਾਂਜੀ, ਸਾਰੀ ਗਾਈਡੈਂਸ ਲਾਸਟ ਤੱਕ ਦੇ ਰਹੇ ਹਾਂ। ਐਕਸਪੀਰੀਅੰਸ ਬੇਸਡ ਹੋਰ ਕੋਈ ਟਿਪਸ ਤੁਸੀਂ ਦੇਣਾ ਚਾਹੋ ਵੀ ਆਹ ਚੀਜ਼ ਕਰੋ ਆਹ ਚੀਜ਼ ਨਾ ਕਰੋ? ਬਸ ਕੁਐਸਚਨ ਪ੍ਰੈਕਟਿਸ, ਥਿਊਰੀ ਮੇਨ ਉਹੀ ਚੀਜ਼ਾਂ ਹੈ, ਟਾਈਮ ਮੈਨੇਜਮੈਂਟ ਵਗੈਰਾ, ਅਟੈਂਪਟੇਸ਼ਨ ਦੇ ਟਿਪਸ ਵਗੈਰਾ ਸਭ ਕੁਛ। ਕੁਛ ਇੱਦਾਂ ਕਹਿੰਦੇ ਆ ਕਿ ਟਾਈਮ ਮੈਨੇਜਮੈਂਟ ਕਰਨੀ ਔਖੀ ਹੋ ਜਾਂਦੀ ਹੈ, ਵੀ ਸਾਰੇ ਸਬਜੈਕਟ ਨੂੰ ਬੈਲੈਂਸ ਕਰਨਾ ਔਖਾ ਹੋ ਜਾਂਦਾ ਹੈ, ਤਾਂ ਕਿੱਦਾਂ ਬੈਲੈਂਸ ਕਰੀਏ ਵੀ ਆਪਾਂ ਪੜ੍ਹ ਵੀ ਸਾਰੇ ਸਬਜੈਕਟ ਲਈਏ ਅਤੇ ਕੁਛ ਆਪਣਾ ਪੋਰਸ਼ਨ ਛੁੱਟੇ ਵੀ ਨਾ?
बायो ते फिजिक्स जिद्दां इह तां रोज़ करने उद्दां पैंदे आ क्योंकि फिजिक्स दे विच तां न्यूमेरिकल दे विच फॉर्मूले याद करने हुंदे आ तो रोज़ करने चाहीदे आ तां कैमिस्ट्री दे विच ऑर्गेनिक ज़्यादा उहदा करना पैंदा तां फिर रोज़ करना चाहीदा ਤੁਹਾਡਾ ਐਕਸਪੈਕਟਡ ਕਿੰਨਾ ਕੁ ਸੀਗਾ ਰਿਜ਼ਲਟ ਵੀ ਇੰਨਾ ਕੁ ਆਜੂਗਾ ਕੁਛ ਵੀ ਨਹੀਂ ਸੀਗਾ ਮੈਨੂੰ ਇਹ ਸੀਗਾ ਕਿ ਰੈਂਕ ਵਧੀਆ ਆ ਜਾਵੇ ਕੋਈ ਫਿਰ ਜਦੋਂ ਮੋਰ ਦੈਨ ਐਕਸਪੈਕਟੇਸ਼ਨ ਰਿਜ਼ਲਟ ਦੇਖਿਆ ਫਿਰ ਕਿੱਦਾਂ ਐਕਸਪ੍ਰੈਸ਼ਨ ਰਿਹਾ ਤੁਹਾਡਾ ਅਤੇ ਫੈਮਿਲੀ 'ਚ ਬਹੁਤ ਵਧੀਆ ਸਾਰੇ ਖੁਸ਼ ਸੀਗੇ ਸਾਰੇ ਖੁਸ਼ ਸੀ ਠੀਕ ਆ ਤੁਹਾਨੂੰ ਨਰਸਿੰਗ ਫੀਲਡ ਬਾਰੇ ਕਦੋਂ ਪਤਾ ਲੱਗਿਆ ਨਰਸਿੰਗ 10th ਤੋਂ ਬਾਅਦ ਹੀ ਪਤਾ ਸੀਗਾ ਨਹੀਂ ਤਾਂ 10th ਤੱਕ ਤਾਂ ਨੋਰਮਲੀ ਬੰਦੇ ਨੂੰ ਇਹ ਹੁੰਦਾ ਵੀ ਹਾਂ ਮੈਡੀਕਲ ਲੈ ਲੈਂਦੇ ਹਾਂ ਬਾਅਦ 'ਚ ਦੇਖਾਂਗੇ ਜਾਂ ਕਈ ਈਵਨ ਨੋਨ ਮੈਡੀਕਲ ਲੈ ਕੇ ਬਾਅਦ 'ਚ ਵੀ ਮੈਡੀਕਲ ਜਾਂਦੇ ਇੱਦਾਂ ਹੀ ਬਹੁਤ ਕੁਛ ਹੁੰਦਾ ਰਹਿੰਦਾ ਤਾਂ ਤੁਹਾਨੂੰ ਡਿਫਾਈਨਡ ਸੀ 10th ਤੋਂ ਬਾਅਦ ਹੀ ਹਾਂਜੀ ਨਰਸਿੰਗ 'ਚ ਹੀ ਜਾਣਾ ਹਾਂਜੀ ਇੱਦਾਂ ਡਿਫਾਈਨਡ ਤਾਂ 12th ਤੋਂ ਬਾਅਦ ਹੀ ਹੋਇਆ ਪਰ ਉਹਦਾ ਪਤਾ ਸੀਗਾ 10th ਤੋਂ ਬਾਅਦ ਕਿ ਨਰਸਿੰਗ ਕਰਨੀ ਵਧੀਆ ਫੀਲਡ ਹੈ ਜਾਂ ਸਕਦੇ ਆ ਇੱਦਾਂ ਠੀਕ ਹੈ ਕਿਸ ਨੇ ਸਪੈਸ਼ਲ ਗਾਈਡੈਂਸ ਦਿੱਤੀ ਇਹਦੇ ਵਿੱਚ ਕਿਸ ਦਾ ਹੈ ਕੋਈ ਯੋਗਦਾਨ ਜਾਂ ਖੁਦ ਸੈਲਫ ਅਵੇਅਰਨੈਸ ਹੀ ਹੈ ਸੋਸ਼ਲ ਮੀਡੀਆ ਤੋਂ ਹੀ ਜਾਂ ਫਿਰ ਪੇਰੈਂਟਸ ਤੋਂ ਫਰੈਂਡਸ ਤੋਂ ਠੀਕ ਹੈ ਜਦੋਂ ਤੁਸੀਂ ਸਨੀ ਕੋਚਿੰਗ ਕਲਾਸਿਸ ਜੁਆਇਨ ਕੀਤਾ ਹੋਊਗਾ ਔਨਲਾਈਨ ਉਦੋਂ ਤੁਹਾਡੇ ਮਨ 'ਚ ਇੱਕ ਡਾਊਟ ਹੋਊਗਾ ਵੀ ਔਨਲਾਈਨ ਪਲੈਟਫਾਰਮ ਐਪ ਤਾਂ ਨਹੀਂ ਸਮਝ ਆਊਗਾ ਜਾਂ ਨਹੀਂ ਕਲਾਸਿਸ ਕਿੱਦਾਂ ਦੀਆਂ ਲੱਗਣਗੀਆਂ ਆਇਆ ਸੀ ਮਨ 'ਚ ਕਿ ਨਹੀਂ ਹਾਂਜੀ ਆਇਆ ਸੀ ਫਿਰ ਕਿੱਦਾਂ ਤੁਸੀਂ ਕਨਵਿੰਸ ਕੀਤਾ ਪੇਰੈਂਟਸ ਨੂੰ ਜਾਂ ਪੇਰੈਂਟਸ ਨੇ ਤੁਹਾਨੂੰ ਕਨਵਿੰਸ ਕੀਤਾ ਵੀ ਪੜ੍ਹ ਲਓ ਇਕੁਅਲੀ ਸੀ 50-50 ਸੀਗਾ ਅੱਛਾ ਅੱਧਾ ਤੁਸੀਂ ਮੰਨੇ ਹੋਏ ਸੀ ਅੱਧਾ ਪੇਰੈਂਟਸ ਮੰਨੇ ਹੋਏ ਸੀ ਇੱਕ ਦੂਜੇ ਨੂੰ ਮਨਾ ਰਹੇ ਸੀ ਹਾਂਜੀ ਠੀਕ ਹੈ ਫਿਰ ਜਦੋਂ ਤੁਸੀਂ ਜੁਆਇਨ ਕੀਤਾ ਉਹ ਤੁਹਾਡੀਆਂ ਜੋ ਐਕਸਪੈਕਟੇਸ਼ਨ ਸੀਗੀਆਂ ਉਹ ਸਾਰੀਆਂ ਫੁਲਫਿਲ ਹੋ ਗਈਆਂ ਹਾਂਜੀ ਕੁਛ ਪੈਂਡਿੰਗ ਹੈ ਐਕਸਪੈਕਟੇਸ਼ਨ ਤੋਂ ਵੀ ਜ਼ਿਆਦਾ ਹਾਂਜੀ ਜ਼ਿਆਦਾ ਹੀ ਮਿਲਿਆ ਹਾਂਜੀ ਠੀਕ ਹੈ ਤੁਸੀਂ ਆਪਣਾ ਸੀਕਰੇਟ ਦੱਸੋ ਵੀ ਤੁਸੀਂ ਇੰਨਾ ਵਧੀਆ ਪਰਸੈਂਟਾਈਲ ਕਿਵੇਂ ਲੈ ਕੇ ਆਏ ਸੀਕਰੇਟ ਤਾਂ ਤੁਹਾਡੀ ਕੋਚਿੰਗ ਹੀ ਆ ਕੋਚਿੰਗ ਮੇਨ ਸੀਗੀ ਅਤੇ ਉਹਦੇ ਥਰੂ ਗਾਈਡੈਂਸ ਸੀਗੀ ਅਤੇ ਇੱਦਾਂ ਸੀਗਾ ਕਿ ਸਭ ਕੁਛ ਇਹਦੇ ਵਿੱਚ ਕਵਰ ਹੋ ਹੀ ਜਾਣਾ ਆ ਅਤੇ ਬਾਕੀ ਸਪੋਰਟ ਸੀਗੀ ਪੇਰੈਂਟਸ ਐਂਡ ਫਰੈਂਡਸ ਦੀ ਹਾਂਜੀ ਠੀਕ ਹੈ ਪੜ੍ਹਦੇ ਟਾਈਮ ਜਿੱਦਾਂ ਇੱਦਾਂ ਹੁੰਦਾ ਸੀ ਵੀ ਥੱਕ ਗਏ ਵੀ ਨਹੀਂ ਸਟੱਡੀ ਹੋ ਰਿਹਾ ਜਾਂ ਨਹੀਂ ਕਰ ਪਾ ਰਹੇ ਤਾਂ ਕਿੱਦਾਂ ਵਾਪਸ ਕਿੱਦਾਂ ਕਿਸ ਸੋਰਸ ਆਫ ਮੋਟੀਵੇਸ਼ਨ ਕੀ ਸੀ ਮਤਲਬ ਫਿਰ ਬੰਦ ਹੀ ਕਰ ਦਿੰਦੇ ਸੀ ਜਦੋਂ ਨਹੀਂ ਪੜ੍ਹ ਹੁੰਦਾ ਸੀਗਾ ਫਿਰ ਥੋੜ੍ਹੇ ਟਾਈਮ ਲਈ ਬ੍ਰੇਕ ਲੈਣੀ ਫਿਰ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਣਾ ਬ੍ਰੇਕ ਦੇ ਵਿੱਚ ਕੁਛ ਵੀ ਇੱਦਾਂ ਡਿਸਟਰੈਕਟ ਬਿਗੈਸਟ ਚੈਲੇਂਜ ਤੁਹਾਡੇ ਲਈ ਕੀ ਸੀ ਮੇਨ ਟਾਈਮ 'ਚ ਪੋਜ਼ਿਟਿਵ ਰਹਿਣਾ ਅੱਛਾ ਨੈਗੇਟਿਵ ਰਹਿਣਾ ਸੀ ਹਾਂਜੀ ਅਤੇ ਪੋਜ਼ਿਟਿਵ ਫਿਰ ਤੁਹਾਨੂੰ ਕੌਣ ਕੌਣ ਲੈ ਕੇ ਆਉਂਦਾ ਸੀ ਮੰਮਾ ਪਾਪਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਅਤੇ ਹੋਰ ਹੁਣ ਨੈਕਸਟ ਫਿਊਚਰ ਪਲੈਨਸ ਕੀ ਆ ਆਫਟਰ ਗ੍ਰੈਜੂਏਸ਼ਨ ਸੋਚਿਆ ਹਲੇ ਕੁਛ ਕੀ ਕਰਨਾ ਕਿੱਧਰ ਜਾਣਾ ਜਿੱਧਰ ਵੀ ਗੁੱਡ ਓਪਰਚੁਨਿਟੀਜ਼ ਮਿਲ ਗਈਆਂ ਉੱਧਰ ਕੁਛ ਹੈ ਡਿਫਾਈਨਡ ਵੀ ਇੰਡੀਆ 'ਚ ਰਹਿਣਾ ਜਾਂ ਫੋਰਨ ਜਾਣਾ ਨਹੀਂ ਨਹੀਂ ਕੁਛ ਡਿਫਾਈਨ ਨਹੀਂ ਹੈਗਾ ਹਾਂਜੀ ਠੀਕ ਹੈ ਓਵਰਆਲ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਸਨੀ ਕੋਚਿੰਗ ਕਲਾਸਿਸ ਨਾਲ ਬਹੁਤ ਵਧੀਆ ਰਿਹਾ ਨਾਲ ਦੀ ਨਾਲ ਡਾਊਟ ਕਲੀਅਰੈਂਸ ਹੁੰਦੀ ਸੀਗੀ ਅਟੈਂਪਟੇਸ਼ਨ ਦੀਆਂ ਟਿਪਸ ਵੀ ਲਾਸਟ 'ਤੇ ਕਲਾਸ ਲੱਗੀ ਸੀਗੀ ਅਤੇ ਪੇਪਰ ਦੇ ਵਿੱਚ ਮੋਟੀਵੇਸ਼ਨ ਵੀ ਸਾਰੇ ਟੀਚਰਸ ਨੇ ਪ੍ਰੋਵਾਈਡ ਕੀਤੀ ਸਭ ਕੁਛ ਵਧੀਆ ਰਿਹਾ ਸਿਲੇਬਸ ਵੀ ਸਾਰਾ ਕਵਰ ਕਰਾਤਾ ਠੀਕ ਕੋਈ ਰਿਗਰੈਟ ਤਾਂ ਨਹੀਂ ਜੁਆਇਨ ਕਰਕੇ ਨਹੀਂ ਬਿਲਕੁਲ ਵੀ ਨਹੀਂ ਠੀਕ ਹੈ ਠੀਕ ਹੈ ਐਕਸਪੈਕਟੇਸ਼ਨ ਸਾਰੀਆਂ ਫੁਲਫਿਲ ਹੋ ਗਈਆਂ ਹਾਂਜੀ ਠੀਕ ਹੈ ਜੀ ਕੀ ਤੁਸੀਂ ਆਪਣੇ ਫੈਮਿਲੀ ਫਰੈਂਡਸ ਰਿਲੇਟਿਵਸ ਨੂੰ ਰਿਕਮੈਂਡ ਕਰੋਗੇ ਸਨੀ ਕੋਚਿੰਗ ਲਾ ਹਾਂਜੀ ਜ਼ਰੂਰ ਕੀ ਇਹ ਵੀਡੀਓ ਸਕ੍ਰਿਪਟਡ ਸੀ ਨਹੀਂ ਠੀਕ ਹੈ ਜੀ ਕੀ ਅਸੀਂ ਤੁਹਾਡੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਸ਼ੇਅਰ ਕਰ ਸਕਦੇ ਹਾਂ ਹਾਂਜੀ ਠੀਕ ਹੈ ਥੈਂਕ ਯੂ ਸੋ ਮੱਚ ਇੰਨਾ ਟਾਈਮ ਦੇਣ ਲਈ ਅਸੀਂ ਇਹੀ ਪ੍ਰੇ ਕਰਦੇ ਹਾਂ ਵੀ ਅੱਗੇ ਤੋਂ ਤੁਸੀਂ ਆਪਣੇ ਡਿਜ਼ਾਇਰਡ ਪੋਜੀਸ਼ਨ ਤੇ ਪਹੁੰਚੋ ਥੈਂਕ ਯੂ ਸੋ ਮੱਚ ਥੈਂਕ ਯੂ ਮੈਮ ਇੱਕ ਮੈਮ ਜਦੋਂ ਥੱਕਦੀ ਹੁੰਦੀ ਸੀ ਨਾ ਇਹ ਹਮੇਸ਼ਾ ਤੁਹਾਡੀ ਗੱਲ ਕਰਦੀ ਹੁੰਦੀ ਸੀ ਕਿ ਮੇਰੇ ਸਰ ਤੇ ਮੈਮ ਇੰਨਾ ਜ਼ਿਆਦਾ ਪੂਰਾ ਦਿਨ ਹੁੰਦੇ ਆ ਉਹ ਕਦੇ ਥੱਕਦੇ ਨਹੀਂ ਹੈਗੇ